ਸ਼੍ਰੀਕਾਲ ਜੀ ਸਰ ਇਹ ਨਰਾਇਣਾ ਈ ਟੈਕਨ ਸਕੂਲ ਵੱਲੋਂ ਅਸੀਂ ਮਾਰਕੀਟਿੰਗ ਐਗਜ਼ੀਕਿਊਟਰ ਸੀਗੇ ਇਹਨਾਂ ਨੇ ਸਾਨੂੰ ਇਹ ਕਹਿ ਕੇ ਰੱਖਿਆ ਸੀਗਾ ਵੀ ਸਾਨੂੰ ਤੁਹਾਡੀ 14,000 ਰੁਪਇਆ ਸੈਲਰੀ ਆ ਜਿਹਦੇ ਵਿੱਚੋਂ ਵੀ ਤੁਹਾਡਾ ਇਨਸੈਂਟਿਵ ਕੱਟ ਕਟਾ ਕੇ ਤੁਹਾਨੂੰ ਵੱਧ ਤੋਂ 12 ਤੋਂ 12,500 ਰੁਪਏ ਦੇ ਵਿੱਚ ਤੁਹਾਡੀ ਸੈਲਰੀ ਆ ਜਾਇਆ ਕਰੂਗੀ ਮੈਂ ਇੱਕ ਮੰਥ ਦੀ ਸਾਨੂੰ ਸੈਲਰੀ ਮਿਲੀ ਆ ਉਸ ਤੋਂ ਬਾਅਦ ਇੱਕ ਮੰਥ ਦੀ ਵੀ ਸਾਨੂੰ ਸੈਲਰੀ 14,000 ਰੁਪਇਆ ਸਾਡੀ ਸੈਲਰੀ ਸੀਗੀ ਜਿਹਦੇ ਵਿੱਚੋਂ ਕੱਟ ਕਟਾ ਕੇ ਇਹਨਾਂ ਨੇ 12,500 ਕਿਹਾ ਸੀਗਾ ਉਹਦੇ ਵਿੱਚੋਂ ਵੀ ਸਾਡਾ 9,000 ਰੁਪਇਆ ਸਾਰਾ ਸੈਲਰੀ ਇਹਨਾਂ ਨੇ ਪਾਈ ਆ ਉਸ ਤੋਂ ਬਾਅਦ ਵਿੱਚ ਸਾਨੂੰ ਲੋਕਡਾਊਨ ਦੇ ਵਿੱਚ ਇਹਨਾਂ ਨੇ ਕੱਟਤਾ ਸਾਡੀ ਦੱਸਿਆ ਨਹੀਂ ਕੁਛ ਨਹੀਂ ਸਾਨੂੰ ਗਰੁੱਪ ਦੇ ਵਿੱਚੋਂ ਇਹਨਾਂ ਨੇ ਰਿਮੂਵ ਕਰਤਾ ਅਤੇ ਉਸ ਤੋਂ ਬਾਅਦ ਸਾਡੀ ਸੈਲਰੀ ਨਹੀਂ ਆਈ ਅਸੀਂ ਉਹਦੇ ਅਕੋਰਡਿੰਗ ਹੁਣ ਇੱਥੇ ਆਏ ਹੋਏ ਹਾਂ ਵੀ ਸਾਡੀ ਸੈਲਰੀ ਕਿਉਂ ਨਹੀਂ ਪਾਈ ਅੱਜ ਵੀ ਕਿੰਨੇ ਚਿਰ ਦੀ ਸੈਲਰੀ ਜਿਹੜੀ ਤੁਹਾਡੀ ਰੋਕੀ ਹੋਈ ਸਰ ਸਾਡੀ ਦੋ ਮਹੀਨੇ ਦੀ ਤਾਂ ਸੈਲਰੀ ਸਾਡੀ ਉੱਦਾਂ ਰੋਕੀ ਹੋਈ ਹੈ ਜੀ ਇਹਨਾਂ ਨੇ ਅਤੇ ਜਿਹੜੀ ਪਿਛਲੀ ਰੋਕੀ ਹੋਈ ਆ ਉਹ ਅਲੱਗ ਤੋਂ ਪਿਛਲੀ ਕਿੰਨੀ ਹੈ ਜੀ ਪਿਛਲੀ ਸਰ ਸਾਡੀ ਨੌ ਹਜ਼ਾਰ ਰੁਪਇਆ ਆਇਆ ਜੀ 14,000 ਰੁਪਇਆ ਸੈਲਰੀ ਸੀ ਜਿਹਦੇ ਵਿੱਚੋਂ 9,000 ਰੁਪਇਆ ਆਇਆ ਠੀਕ ਹੈ ਹਾਂਜੀ ਅਤੇ ਬਾਕੀ ਇਹਨਾਂ ਨੇ ਇਨਸੈਂਟਿਵ ਸਾਡਾ ਲਾਇਆ ਸੀਗਾ ਜੀ ਪਿੱਛੋਂ 2,000 ਰੁਪਇਆ ਕਹਿੰਦੇ ਇਨਸੈਂਟਿਵ ਆ ਰਿਹਾ ਆ ਕੱਟ ਕੇ ਸਾਨੂੰ ਇਹਨਾਂ ਨੇ 1,000 ਰੁਪਇਆ ਇਨਸੈਂਟਿਵ ਦੇ ਦਿੱਤੇ ਸੀਗੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਸਰ ਸਾਡੀ ਸੈਲਰੀ ਆਉਣੀ ਚਾਹੀਦੀ ਹੈ ਇੱਕ ਲੋਕਡਾਊਨ ਦਾ ਟਾਈਮ ਚੱਲਦਾ ਪਿਆ ਲੋਕਡਾਊਨ ਦੇ ਟਾਈਮ ਦੇ ਵਿੱਚ ਘਰੇ ਰਾਸ਼ਨ ਸਭ ਕੁਝ ਮੁੱਕਿਆ ਹੋਇਆ ਆ ਅਤੇ ਉਹਦੇ ਵਿੱਚ ਜਿਸ ਬੰਦੇ ਕੋਲ 20 ਰੁਪਏ ਨਹੀਂ ਹੋਣਗੇ ਜਿਸ ਬੰਦੇ ਕੋਲ ਉਹ ਬੰਦਾ ਕੀ ਕਰੂਗਾ ਇਸ ਟਾਈਮ ਦੇ ਵਿੱਚ ਵੀ ਇਸ ਦੌਰ ਦੇ ਚੱਲਦਿਆਂ ਸਾਨੂੰ ਇਹਨਾਂ ਨੇ ਕੰਮ ਤੋਂ ਕੱਢਿਆ ਆ ਅਤੇ ਉਹਦੇ ਵਿੱਚ ਸਾਡੀ ਤਨਖਾਹ ਤਾਂ ਬਣਦੀ ਹੈ ਨਾ ਜੀ ਜਿੱਦਾਂ ਸਰਕਾਰ ਨੇ ਹੁਕਮ ਕੀਤਾ ਆ ਵੀ ਜਿੰਨੇ ਬੰਦੇ ਕੰਮ ਕਰਦੇ ਪਏ ਆ ਉਹਨਾਂ ਨੂੰ ਉਹਨਾਂ ਦੀ ਪੂਰੀ ਤਨਖਾਹ ਦਿੱਤੀ ਜਾਊਗੀ ਸਾਡੀ ਇਹਨਾਂ ਨੇ ਪੁਰਾਣੀ ਤਨਖਾਹ ਨਹੀਂ ਦਿੱਤੀ ਅਤੇ ਆਹ ਵਾਲੀ ਤਨਖਾਹ ਵੀ ਨਹੀਂ ਦੇ ਰਹੇ ਇਹਨਾਂ ਨੇ ਸਾਡੀ ਸੈਲਰੀ ਹੋਲਡ ਕੀਤੀ ਹੈ ਪਲੱਸ ਇਹਨਾਂ ਨੇ ਸਾਨੂੰ ਇਨਸੈਂਟਿਵ ਵੀ ਦਿੱਤਾ ਜਿਹੜਾ ਇਹਨਾਂ ਨੇ ਕਿਹਾ ਸੀ 24 ਘੰਟੇ ਦੇ ਅੰਦਰ ਤੱਕ ਸਾਨੂੰ ਇਹਨਾਂ ਨੇ ਲੋਕਡਾਊਨ ਦੇ ਵਿੱਚ ਕੱਢਿਆ ਗਿਆ ਪਲੱਸ ਇਹਨਾਂ ਨੇ ਨਾ ਹੀ ਇਹਨਾਂ ਨੇ 2 ਕਰੋੜ ਰੁਪਏ ਡੋਨੇਸ਼ਨ ਦਿੱਤਾ ਸਾਡੀ ਸੈਲਰੀਆਂ ਵਿੱਚੋਂ ਕੱਟ ਕੇ ਇਹ ਕੀ ਕਰ ਰਹੇ ਨੇ ਪ੍ਰੂਫ ਸਾਨੂੰ ਸੈਲਰੀਆਂ ਨਹੀਂ ਦੇ ਰਹੇ ਅਤੇ ਆਪ ਹੀ ਡੋਨੇਸ਼ਨ ਕੱਟ ਕੇ ਆਪਣਾ ਨਾਮ ਕਮਾ ਰਿਹਾ ਸਕੂਲ ਦਾ ਨਰਾਇਣਾ ਇੱਦਾਂ ਦੇ ਸਕੂਲ ਤੋਂ ਕੀ ਪ੍ਰੋਫਿਟ ਇਹਨਾਂ ਨੂੰ ਸਾਨੂੰ ਕਹਿੰਦੇ ਜਦੋਂ ਅਸੀਂ ਇੰਟਰਵਿਊ 'ਤੇ ਆਏ ਸੀ ਮੇਰਾ ਨਾਮ ਜਸਪ੍ਰੀਤ ਹੈ ਜਦੋਂ ਅਸੀਂ ਇੰਟਰਵਿਊ 'ਤੇ ਆਏ ਸੀ ਸਾਨੂੰ ਕਹਿੰਦੇ ਸੀ ਕਿ ਤੁਹਾਡੀ ਪਰਮਾਨੈਂਟ ਜੋਬ ਹੈ ਪਰ ਇਹ ਤਾਂ ਸਾਨੂੰ ਲੋਕਡਾਊਨ ਵਿੱਚ ਹੀ ਕੱਢ ਰਹੇ ਨੇ ਹੁਣ ਅਸੀਂ ਕੀ ਕਰੀਏ ਕਿੱਥੇ ਜਾਣਗੇ ਲੋਕਡਾਊਨ ਵਿੱਚ ਜੇ ਇਹ ਕਹਿੰਦੇ ਨੇ ਕਿ ਸਾਡੀ ਉੱਤੋਂ ਸਾਡੀ ਸੈਲਰੀ ਵੀ ਹੋਲਡ ਕਰ ਰਹੇ ਨੇ ਜੇ ਸੈਲਰੀ ਦਿੰਦੇ ਨੇ ਤਾਂ 2,000-3,000 ਕੱਟ ਕੇ ਦੇ ਰਹੇ ਨੇ ਇਸ ਦਾ ਕੀ ਮਤਲਬ ਅਸੀਂ ਭੁੱਖੇ ਮਰ ਜਾਈਏ ਜੂਨ ਵਿੱਚ ਕਹਿ ਰਹੇ ਸੈਲਰੀ ਦੇਣ ਨੂੰ ਇਹਦਾ ਮਤਲਬ ਕਿ ਜੋ ਇੱਕ ਮਹੀਨਾ ਇਹ ਅਸੀਂ ਕੀ ਕਰਾਂਗੇ ਇਸ ਵਿੱਚ ਜੀ ਸਰ ਕੀ ਮੈਟਰ ਆ ਤੁਹਾਡਾ ਜਿਹੜਾ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਸਰ ਮੈਟਰ ਤਾਂ ਇੱਕ ਹੀ ਆ ਸਾਡੀਆਂ ਸੈਲਰੀਆਂ ਰੋਕ ਦਿੱਤੀਆਂ ਇਹਨਾਂ ਨੇ ਸਾਡੇ ਤੋਂ ਕੰਮ ਕਰਵਾ ਲਿਆ ਸਾਡੇ ਸੈਲਰੀਆਂ ਰੋਕ ਦਿੱਤੀਆਂ ਜਿੰਨੇ ਵੀ ਸਾਡੇ ਇੰਪਲੋਈ ਆ ਸਾਰਿਆਂ ਨੇ ਜੋਬ ਕੀਤੀ ਫੀਲਡ ਦੀ ਜੋਬ ਕੀਤੀ ਆ ਠੀਕ ਹੈ ਅਤੇ ਉਸ ਤੋਂ ਬਾਅਦ ਇਹਨਾਂ ਨੇ ਜਿੰਨਾ ਸਾਡੇ ਤੋਂ ਸਾਰਾ ਡਾਟਾ ਕਲੈਕਟ ਕਰਾ ਲਿਆ ਐਂਡ ਵਿੱਚ ਇਹਨਾਂ ਨੇ ਕਿ ਸਾਨੂੰ ਕੱਢਣਾ ਸੀਗਾ ਕੱਢਣ ਦੇ ਬਹਾਨੇ ਨਾਲ ਇਹਨਾਂ ਨੇ ਇੱਕ ਕੀ ਕੀਤਾ ਵੀ ਤੁਹਾਨੂੰ ਸਾਨੂੰ ਟਾਰਗੇਟ ਦੇ ਦਿੱਤਾ ਜਿਹੜਾ ਕਿ ਟਾਰਗੇਟ ਨਹੀਂ ਪੂਰਾ ਹੋ ਸਕਦਾ ਸੀਗਾ ਮੰਥ ਐਂਡ 'ਤੇ ਟਾਰਗੇਟ ਦਿੱਤਾ ਇਹਨਾਂ ਨੂੰ ਪਤਾ ਸੀ ਵੀ ਟਾਰਗੇਟ ਹੁਣ ਪੂਰਾ ਹੋਣਾ ਨਹੀਂ ਤਾਂ ਕੱਢ ਸਕਦੇ ਆਪਾਂ ਇਹਨਾਂ ਨੂੰ ਫਿਰ ਇਹਨਾਂ ਬਹਾਨਾ ਲਗਾਤਾ ਉਸ ਤੋਂ ਬਾਅਦ ਕੀ ਆ ਟਾਰਗੇਟ ਕਿਸੇ ਤੋਂ ਵੀ ਨਹੀਂ ਪੂਰਾ ਹੋਇਆ ਅਤੇ ਸਾਡੇ ਜਿੰਨੇ ਇੰਪਲੋਈ ਆ ਇੰਪਲੋਈ ਇੱਕ ਇੱਕ ਕਰਕੇ ਨਿਕਲ ਗਏ ਜੋ ਕਿ ਇਹਨਾਂ ਨੇ ਕਰਨਾ ਸੀ ਐਂਡ 'ਤੇ ਆ ਕੇ ਥੋੜ੍ਹੇ ਜਿਹੇ ਇੰਪਲੋਈ ਰਹਿ ਗਏ ਫਿਰ ਇਹਨਾਂ ਨੇ ਇਹਦੇ ਵਿੱਚ ਸ਼ਾਂਟੀ ਕਰ ਦਿੱਤੇ ਸ਼ਾਂਟੀ ਕਰਕੇ ਬਾਅਦ 'ਚ ਸਾਡੀ ਸੈਲਰੀ ਰੋਕ ਲਈ ਮੇਰੀ ਤਾਂ ਇੱਕੋ ਸੈਲਰੀ ਆਈ ਦੂਸਰੇ ਮੇਰੀ ਸੈਲਰੀ ਨੇ ਬਹਾਨਾ ਕੀ ਲਗਾਇਆ ਤੁਹਾਡਾ ਟਾਰਗੇਟ ਨਹੀਂ ਪੂਰੇ ਪਹਿਲਾਂ ਸਾਨੂੰ ਕੋਈ ਟਾਰਗੇਟ ਨਹੀਂ ਦਿੱਤਾ ਗਿਆ ਇੱਕ ਵੀ ਟਾਰਗੇਟ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਸਿਰਫ ਕਿ ਤੁਸੀਂ ਆਪਣਾ ਜੋਬ ਕਰਨੀ ਆ ਤੁਹਾਡੀ ਅਪ੍ਰੈਲ ਤੱਕ ਐਂਡ ਤੱਕ ਜੋਬ ਨਹੀਂ ਉਹ ਤੋਂ ਬਾਅਦ 3 ਮਹੀਨੇ ਆ ਤੁਹਾਡੇ ਤੁਸੀਂ ਬੈਠ ਕੇ ਖਾਣਾ ਵਾ ਅਤੇ ਉਸ ਤੋਂ ਬਾਅਦ ਸਾਡੇ ਵਰਕਿੰਗ ਸ਼ੁਰੂ ਹੋ ਗਏ ਜਦਕਿ ਅਸੀਂ ਸੰਡੇ ਵੀ ਜੋਬ ਕੀਤੇ ਤੇ ਸੰਡੇ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਇੱਕ ਵੀ ਪੈਸਾ ਨਹੀਂ ਉਸ ਤੋਂ ਬਾਅਦ ਜਿੰਨੀ ਅਸੀਂ ਆਪਣੇ ਵਰਕਿੰਗ ਡੇ ਸੀਗੇ ਉਹਦੇ ਵਿੱਚ ਜੇ ਮੰਨ ਲਓ ਕਿਸੇ ਨੇ ਕੋਈ ਲੋਡ ਪੈਂਦੀ ਛੁੱਟੀ ਵੀ ਕੀਤੀ ਆ ਤਾਂ ਉਹ ਛੁੱਟੀ ਕੱਟ ਰਹੀ ਜਿਹੜਾ ਕਿ ਸੰਡੇ ਜਿਹੜੇ ਲੱਗੇ ਆ ਇੱਕ ਵੀ ਸਾਨੂੰ ਪੈਸਾ ਨਹੀਂ ਦਿੱਤਾ ਜਿੰਨੇ ਵੀ ਇੰਪਲੋਈ ਆ ਸਾਰਿਆਂ ਦੀ ਕੱਟ ਕੱਟ ਕੇ ਸੈਲਰੀ ਮਨ ਮਰਜ਼ੀ ਨਾਲ ਸੈਲਰੀਆਂ ਪਾਈਆਂ ਇਹਨਾਂ ਨੇ ਗਣੇਸ਼ ਜੀ ਗਣੇਸ਼ ਮਹਿਤਾ ਜੀ ਆ ਇਹਨਾਂ ਨੇ ਬਹਾਨੇ ਬੜੇ ਲਗਾਏ ਕਿ ਸਾਨੂੰ ਉੱਪਰੋਂ ਆ ਕੇ ਆਪਣੇ ਜਿਹੜੇ ਸਾਡੇ ਸਰ ਏਜੀਐਮ ਸਰ ਹੈ ਠੀਕ ਹੈ ਉਹਨਾਂ ਨੇ ਇੱਦਾਂ ਕਰਤਾ ਉਹਨਾਂ ਨੇ ਇੱਦਾਂ ਕਰਤਾ ਇਹ ਕਰਤਾ ਉਹ ਕਰ ਦਿੱਤਾ ਸਾਰਾ ਕੀਤਾ ਕਰਿਆ ਗਣੇਸ਼ ਦਾ ਠੀਕ ਗਣੇਸ਼ ਮਹਿਤਾ ਜਿਹੜਾ ਸਰ ਟੀ ਐਲ ਸਿੰਘ ਮੇਨ ਠੀਕ ਹੈ ਉਹਨਾਂ ਨੇ ਆਪਣੀ ਮਨ ਮਰਜ਼ੀ ਦੇ ਨਾਲ ਹੀ ਕਿਸੇ ਨੂੰ ਕੱਢਤਾ ਕਿਸੇ ਨੂੰ ਰੱਖ ਲਿਆ ਕਿਸੇ ਸੈਲਰੀ ਡਿਡਕਟ ਕਰ ਦਿੱਤੀ ਸਿਰਫ ਟੀ ਆਪਣੀ ਟੀ ਆਰ ਪੀ ਬਣਾਉਣ ਦੇ ਲਈ ਜਿੰਨੇ ਵੀ ਇੰਪਲੋਈ ਸਾਡੇ ਇੱਥੇ ਇਕੱਠੇ ਹੋਇਆ ਸੈਲਰੀ ਦੀ ਵਜ੍ਹਾ ਕਰਕੇ ਕੱਟੇ ਮੇਰੀ ਤਾਂ ਮੇਰੇ ਸਿਰਫ ਇੱਕ ਮਹੀਨੇ ਸੈਲਰੀ ਉਹ ਵੀ 14,000 ਕੱਟ ਕਟਾ ਕੇ ਬਿਲਕੁਲ ਸਰ ਕਿੰਨੇ ਲੋਕਾਂ ਦੀ ਜਿਹੜੀ ਸੈਲਰੀ ਆ ਜੋ ਕਿ ਰੋਕੀ ਹੋਈ ਇਹਨਾਂ ਨੇ ਆਹ ਦੇਖੋ ਪਿੱਛੇ ਸਾਰੇ ਖੜੇ ਨੇ ਅਤੇ ਹੋਰ ਕੁਝ ਬਹੁਤ ਸਾਰੇ ਇੰਪਲੋਈ ਹੋ ਰਹੇ ਜਿਹੜੇ ਘਰ ਬੈਠੇ ਨੇ ਜਿਹੜੇ ਆਈਡੀਆ ਦੱਸ ਸਕਦੇ ਹੋ ਕਿੰਨੇ ਤੁਹਾਡੇ ਲੋਕ ਹੈਗੇ ਨੇ ਤਕਰੀਬਨ ਐਪਰੋਕਸ ਹੋਣਗੇ 18-20 ਦੇ ਹੋਣਗੇ 18-20 ਦੇ ਹਾਂਜੀ ਠੀਕ ਹੈ ਸਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰ ਸਾਡੀ ਸੈਲਰੀਆਂ ਚਾਹੀਦੀਆਂ ਸਾਡੇ ਘਰ ਹੀ ਸੈਲਰੀਆਂ ਹੋ ਤੁਸੀਂ ਦੇਖੋ ਟਾਈਮ ਕਿਹੜਾ ਚੱਲਦਾ ਪਿਆ ਕਰੋਨਾ ਵਾਇਰਸ ਦਾ ਟਾਈਮ ਚੱਲਦਾ ਪਿਆ ਇੱਥੇ ਤਾਂ ਲੋਕ ਸੇਵਾ ਕਰ ਰਹੇ ਨੇ ਰਾਸ਼ਨ ਦੀ ਕੋਈ ਸੇਵਾ ਕਰ ਰਹੇ ਕੁਛ ਕਰ ਰਹੇ ਨੇ ਸਾਡੀ ਸੈਲਰੀ ਦੇ ਕਰਕੇ ਇਹਨਾਂ ਸਾਡੀ ਸੇਵ ਹੈਲਪ ਤਾਂ ਕੀ ਕਰਨੀ ਆ ਜਿੰਨੀਆਂ ਵੀ ਕੰਪਨੀਆਂ ਉਹ ਹੈਲਪ ਕਰ ਰਹੀਆਂ ਠੀਕ ਹੈ ਕੋਈ 5,000 ਵੱਧ ਦੇ ਰਿਹਾ ਕੋਈ 2,000 ਵੱਧ ਕੁਛ ਨਾ ਕੁਛ ਹੈਲਪ ਕਰ ਰਿਹਾ ਇਹਨਾਂ ਸਾਡੇ ਜਿਹੜੇ ਸਾਡੇ ਹੱਕ ਦੇ ਪੈਸੇ ਉਹ ਵੀ ਮਾਰ ਰੱਖੇ ਸਾਡੇ
इसकी इधर आए थे कि हमारा काम हमारी जॉब अच्छी है। इन्होंने तो ऐसे मतलब जब हमारी इंटरव्यू ली तो बोल रहे थे कि परमानेंट जॉब है, हम कहीं नहीं जाने देंगे, 10 साल का टारगेट दे रहे थे हमें कि 10 साल आप इधर ही रहोगे। इन्होंने तो हमें लॉकडाउन के अंदर ही निकाल दिया। तो आप देखो अभी मैडम जब अंदर गए थे आपकी क्या बात हुई जिनसे? ये बोल रहे थे कि जो आपकी सैलरी कट के आई है 4 जून तक मिलेगी आपको, तो 4 जून तो अभी बहुत दूर है, तो अगर 4 जून तक भी लॉकडाउन नहीं ओपन हुआ तो हम क्या करेंगे? ये इसका इसका कौन जिम्मेवार है? सर मेरा नाम गणेश मेहता है, मैं यहाँ पे आज TL के तौर पे वर्क कर रहा हूँ। और अभी कुछ इश्यूज हुए थे, जो हमारे पास पहले एम्प्लॉय काम कर रहे थे उनके कुछ इश्यूज थे, जो वन बाय वन हमारे मैनेजमेंट ने उनकी इशूज़ को सुना भी और तय किया उनके इशूज़ को देखते हुए कि जो भी इनकी प्रॉब्लम्स हैं ठीक है वो उनको एक बार चेकआउट करके और जैसे लॉकडाउन ओपन होगा June 4 तक जो है इनकी प्रॉब्लम्स को सॉर्ट आउट किया जाएगा। धन्यवाद। इन्हों की कोई सैलरी भी देनी है जी तुम्हें जहाँ मतलब पिछली सैलरी देनी है ना? नहीं नहीं, कुछ कुछ मिसअंडरस्टैंडिंग की वजह से या कुछ अटेंडेंस की वजह से कुछ डिडक्शन हुई है अमाउंट, या वो भी जो है उसको एक बार पहले चेकआउट किया जाएगा। जैसे कि एम्प्लॉय का कहना है कि हमारे कुछ पैसे डिडक्शन हुए हैं ठीक है, तो वो एक बार जैसे बताया गया उनको कि एक बार चेकआउट करके जो भी इनका बनता है ठीक है वो चेक करके एक बार रिलीज कर दिया जाएगा, इनको 4 जून तक रिलीज कर दिया जाएगा। कितने लोग हैं सर जिनका जो आप चेकअप करके बताओगे उन लोगों को? अप्रोक्सीमेटली सर 5 या 6 लोग होंगे, जो भी 5 या 6 लोग होंगे सर, जो भी है हमारे एम्प्लॉय जिन्होंने अभी अपना जो मैनेजमेंट से बात हुई है, तो मैनेजमेंट के पास जो भी लिस्टेड हैं ठीक है उन सबको रिलीज किया जाएगा। सर 15 से 16 के करीब लोग जो बाहर खड़े हुए हैं आप 5-6 बता रहे हैं? सर मुझे नहीं पता 15 से 16 लोग हैं ठीक है, जो भी लोग आए हैं मेरे ख्याल 5 या 7 लोगों से हमारी बात हुई है ठीक है, जो लोग हमारे पास आए हैं प्रॉपर और जिनसे प्रॉपर बात हुई है, जिनसे भी प्रॉपर बात हुई हमने उनको यही गाइड किया है कि आपको 4 जून तक सैलरी रिलीज हो जाएगी अगर जो भी पेंडिंग अमाउंट है।